ਰੰਗ ਫਿੱਕਾ ਪੈ ਗਿਆ ਮੁੰਡੇ ਦਾ, ਹੁਣ ਦਵਾਈਆਂ ਲੈਣ ਆਇਆ। ਤੈਨੂੰ ਕੀ ਲੱਗਦਾ ਏ? ਪਤਾ ਕਰਨੇ ਆ ਵੇ ਹਈਏ ਤੱਕ ਤੇ ਈਦ ਵਾਲੇ ਰੇਟ ਹੀ ਲਾ ਦਿੱਤਾ। ਸਿਰ ਤੇ ਕੋ ਨੇ ਮੰਗੇ, ਤੂੰ ਕਿਹੜੇ ਦੇਖ ਯਾਰ, ਉਹ ਤੇ ਮੰਗਣ ਦੀ ਯਾਰ ਨਰਾਂ ਨਾਲ ਹੀ ਅਸੇ ਦੇ ਦੇ ਯਾਰ। ਤੁਹਾਨੂੰ ਜਿਹੜੀ ਗੱਲ ਦੱਸੀ ਹੈ ਨਾ, ਬੱਕੜਾ ਚੰਗਾ ਯਾਰ ਮਾਸ਼ਾਅੱਲਾ, ਇੰਨੀ ਜੀ ਤਕਬੀਰ ਫਿਰਨ ਲੱਗੀ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ, ਕੀ ਹਾਲ ਚਾਲ ਮੇਰੀ ਆਲ ਯੂਟਿਊਬ ਫੈਮਿਲੀ ਦਾ? ਸਭ ਠੀਕ ਠਾਕ ਹੋ, ਫਿੱਟ ਫਾਟ ਹੋਏ ਵਾ? ਤਬੀਅਤ ਕੈਸੀ? ਕਮੈਂਟ ਬੋਕਸ 'ਚ ਦੱਸ ਦਿਉ। ਟਾਈਮ ਤਕਰੀਬਨ ਜਿਹਨਾਂ ਨੇ ਕਾਫੀ ਜ਼ਿਆਦਾ ਹੋ ਗਿਆ ਵਲਾਗ ਕੱਲ੍ਹ ਵਾਲਾ, ਕੱਲ੍ਹ ਮੈਨੂੰ ਇੰਟਰੋ ਲੈਣ ਦਾ ਯਾਦ ਹੀ ਨਹੀਂ ਹਿੜਿਆ, ਅਤੇ ਸਾਰਾ ਵਲਾਗ ਐਂਡ ਤੱਕ ਬਹੁਤ ਮਜ਼ੇਦਾਰ ਵਾਚ ਕਰਿਓ, ਇਨਸ਼ਾਅੱਲਾ ਮਜ਼ਾ ਜ਼ਰੂਰ ਆਏਗਾ। ਅਤੇ ਮੈਂ ਆਈਏ ਸੁੱਤਾ ਉੱਠਿਆ ਸਾਂ, ਬਾਹਰ ਜਿਹਨਾਂ ਨੇ ਬੜੇ ਹੀ ਪਿਆਰੇ ਸਬਸਕ੍ਰਾਈਬਰ ਆਏ ਨੇ ਸਭ, ਸ਼ੇਬੂ ਕੀ ਹਾਲ? ਠੀਕ ਠਾਕ, ਤੁਸੀਂ ਭਾਈ ਸੁਣਾਓ? ਠੀਕ ਹੋ? ਅਤੇ ਬਾਕੀ ਇਹਨਾਂ ਦਾ ਚੈਨਲ ਕੀ ਨਾਂ ਦੱਸਿਆ? ਸ਼ੇਬੂ ਕਾਮੇਡੀ ਵਰਲਡ। ਸ਼ੇਬੂ ਕਾਮੇਡੀ ਵਰਲਡ, ਅਤੇ ਜਾ ਕੇ ਸਾਰੇ ਜਣੇ ਪਿਆਰ ਜ਼ਰੂਰ ਦਿਖਾਇਓ। ਓਕੇ, ਟੈਨਸ਼ਨ ਨਹੀਂ ਲਈ, ਲੇਟ ਜਾ। ਭੱਟੀ ਸਾਹਿਬ ਨੇ ਤਾਂ ਡਰਾ ਹੀ ਛੜਿਆ ਸੀ ਇੱਕ ਵਾਰੀ, ਰੰਗ ਫਿੱਕਾ ਪੈ ਗਿਆ ਮੁੰਡੇ ਦਾ, ਹੁਣ ਦਵਾਈਆਂ ਲੈਣ ਆਇਆ। ਮੈਂ ਲੈ ਕੇ ਨਹੀਂ ਦਿੰਦੀ, ਬੋਤਲ ਲੱਗੇ ਜੀ? ਜੀ ਜੀ, ਡ੍ਰਿਪ ਲੱਗੇ। ਡਾਕਟਰ ਸਾਹਿਬ ਆਉਂਦੇ ਨੇ ਜੀ, 5 ਮਿੰਟ ਹੋਰ ਨਾ ਆਉਂਦਾ, ਇਹਨੇ ਚੱਕਰ ਖਾ ਕੇ ਡੇ ਪੈਣਾ। ਬੜੀ ਮੁਸ਼ਕਿਲ ਉਹਨੂੰ ਗੱਡੀ 'ਤੇ ਭਾਗ ਲਿਆਂਦਾ, ਬੈਠਾ ਵੀ ਨਹੀਂ ਜਾਂਦਾ ਪਿਆ, ਡਿੱਗ ਪਿਆ। ਡਾਕਟਰ ਸਾਹਿਬ ਆਉਂਦੇ ਹਨ ਜੇ 5 ਮਿੰਟ ਹੋਰ ਨਾ ਆਉਂਦਾ ਤਾਂ ਬਹੁਤ ਸ਼ੋਕ ਡੇ। ਉਦੋਂ ਖਾਣ ਲੱਗਿਆ ਮਹਿੰਦਾ ਹੀ ਨਹੀਂ, ਜੋ ਮਰਜ਼ੀ ਸੁੱਟੀ ਹੀ ਜਾਂਦਾ। ਚੱਲ ਚੱਲ, ਕੋਈ ਮੁਸ਼ਕਿਲ ਨਹੀਂ ਹੋਈ। ਇੱਕ ਵੱਡੀ ਟ੍ਰਿਪ ਲੱਗੇਗੀ ਆਹੀ ਸਮਝੋ, ਮੈਂ ਫੜਿਆ ਮੈਨੂੰ ਬਾਈਕ 'ਤੇ, ਭੱਟੀ ਸਾਹਿਬ ਹੈਂਗ ਹੋ ਗਏ ਹਜੇ, ਹੋਸ਼ ਹੋ ਗਿਆ ਆਹੀ ਸਮਝੋ। ਅੱਛਾ ਬਾਈ, ਅਮਨ ਘਰ ਮੇਰੇ ਤੇ ਨਿਰੰਗੀ ਡਾਹੜੇ ਹਨ, ਮੈਂ ਕਿਹਾ ਕੀ ਹੋ ਗਏ, ਚੰਗਾ ਭਲਾ ਜਵਾਨ ਹੈ ਤੂੰ, ਡਰਨਾ ਕਿਉਂ? ਚੱਲ ਇੱਥੇ ਬਹਿ, ਹੁਣ ਡਰੀ ਨਾ, ਮੈਂ ਡਾਕਟਰ ਸਾਹਿਬ ਕੋਲ। ਬਾਬਾ ਜੀ, ਮੈਂ ਤਾਂ ਸੁੱਤਾ ਉੱਠਿਆ ਹਾਂ ਅਤੇ ਵਲੌਗ ਐਡਿਟ ਕਰਨ ਲੱਗਾ ਹਾਂ, ਅਤੇ ਭੱਟੀ ਸਾਹਿਬ ਹੋਰਾਂ ਨੇ ਹੈਰਾਨ ਕਰ ਛੱਡਿਆ, ਕਹਿੰਦੇ ਨਹੀਂ ਮੈਨੂੰ ਇਹ ਹੋ ਗਿਆ, ਉਹ ਹੋ ਗਿਆ, ਮਤਲਬ ਕਿ ਹੁੰਦਾ ਬੰਦੇ ਨੂੰ, ਦਰਦ ਹੋ ਰਹੀ, ਪਾਣੀ ਦੀ ਕਮੀ ਹੋਈ ਥੋੜ੍ਹੀ ਜਿਹੀ, ਗਲਚੀ ਦਾ ਖਾਣ ਨੂੰ ਲੈ ਕੇ ਆਇਆ ਕਰੀਬ ਇੱਕ ਹੋਸਪਿਟਲ ਛੋਟਾ ਜਿਹਾ, ਅਤੇ ਉੱਥੇ ਚੈੱਕ ਕਰਵਾ ਕੇ ਮੈਂ ਦਵਾਈ ਸ਼ਵਾਈ ਬੋਤ ਡ੍ਰਿਪ ਲੱਗੀ, ਤੋ ਇੱਕ ਛੋਟੀ ਡ੍ਰਿਪ ਵੀ ਲੱਗਣੀ, ਅਤੇ ਉਹਦੇ ਵਾਸਤੇ ਪੈਸੇ ਸਾਡੇ ਥੋੜ੍ਹੇ ਜਿਹੇ ਦਵਾਈ ਵੀ ਲੱਗਣੀ ਹੈ, ਉਹ ਕਢਾਉਣ। ਅੱਛਾ, ਮੈਨੂੰ ਲੱਗਦਾ ਖਾਧਾ ਕੀ ਮੁੱਠਾ? ਹੈਂ, ਕੁਛ ਤਾਂ ਖਾਧਾ ਜਿਹਦੀ ਵਜ੍ਹਾ ਤੋਂ ਪਾਣੀ ਦੀ ਕਮੀ ਹੋਈ, ਰੰਗ ਤੇਰਾ ਫਿੱਕਾ ਪੈ ਗਿਆ, ਟੈਨਸ਼ਨ ਲੈ ਗਿਆ। ਹਾਂ, ਕੀ ਹੋਇਆ?
ਤੈਨੂੰ ਕੀ ਲੱਗਦਾ ਏ? ਮੇਰਾ ਕੰਡਾ ਨਿਕਲ ਜਾਣਾ। ਤੇਰਾ ਕੰਡਾ ਨਿਕਲ ਜਾਣਾ? ਕਹਿੰਦਾ ਮੈਨੂੰ ਲੱਗਦਾ ਸੀ ਮੇਰਾ ਕੰਡਾ ਨਿਕਲ ਜਾਣਾ। ਰਸਤੇ 'ਚ ਵੀ ਐਂ ਜੀ ਗੱਡੀ 'ਤੇ ਆਉਂਦੇ ਆ, ਮੈਂ ਕਿਹਾ ਸਬਰ ਰੱਖ ਡਾਕਟਰ ਕੋਲ ਤਾਂ ਜਾਣ ਦੇ। ਬਾਕੀ ਇੱਕ ਡ੍ਰਿਪ ਲੱਗੀ ਹੈ ਥੋੜ੍ਹੀ ਜਿਹੀ, ਤਾਂ ਸਹੀ ਹੋ ਗਿਆ। ਡਾਕਟਰ ਸਾਹਿਬ ਕੋਲ ਲਿਆਇਆ ਹਰ ਐਮਰਜੈਂਸੀ। ਬਾਕੀ ਦੁਆ ਕਰੋ ਕਿ ਸੈੱਟ ਹੋਈਏ ਜਲਦੀ। ਭੱਟੀ ਸਾਹਿਬ ਹੋਣੀ ਵਾਸ਼ਰੂਮ 'ਚ ਡਿੱਗਿਆ ਅਜੇ ਬਈ, ਡਿੱਗਿਆ ਵੀ ਵਾਸ਼ਰੂਮ 'ਚ। ਤੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ? ਕਿਉਂ? ਟ੍ਰਿਪ ਲਗਵਾ ਰਹੀ ਹੈ ਤੇ ਇੱਕ ਬਾਅਦ ਚ ਲੱਗਣੀ ਹੈ, ਕਾਫੀ ਟਾਈਮ ਲੱਗ ਜਾਣਾ। ਤੇ ਮੈਂ ਇੱਕ ਦੋ ਕੰਮ ਉਹ ਮੁਕਾਵਾਂ, ਘਰ ਆਇਆ ਹਾਂ ਮੈਂ, ਇੱਕ ਦੋ ਕੰਮ ਹੀ ਉਹ ਮੁਕਾਇਆ ਤੇ ਫਿਰ ਹੁਣ ਚੱਲਾਂ ਮੈਂ ਮਹੀਨੇ ਜਾ। ਕਿੰਨਾ ਕੰਮ ਹੋਇਆ ਨਾ, ਨਸ਼ੇਦਾਰ ਵੀ ਆ ਗਏ। ਚੱਲ ਲਓ ਜੀ ਫਿਰ ਮਾਰਕੀਟ ਆ ਗਏ। ਕਹਿੰਦੇ ਭੱਟੀ ਸਾਹਿਬ ਦੀ ਟ੍ਰਿਪ ਕਿੰਨੀ ਕੁ ਰਹਿੰਦੀ? ਡਾਕਟਰ ਸਾਹਿਬ ਬੰਦਾ ਹੁਣ ਟਾਇਟ, ਰੰਗ 'ਚ ਤਾਂ ਫਰਕ ਪੈ ਗਿਆ। ਚੱਲ ਆ ਕੀ ਹੋਈ ਜਾਂਦਾ, ਟਿਕਟ ਕਾਸ ਕਰਨੀ ਹੈ, ਲਾਸਟ ਸਟੇਜ ਸਮਝ ਲਿਆ ਇਹ। ਚੱਲ ਹੁਣ ਜਾ ਕੇ ਨਹਾ ਇੱਕ ਵਾਰੀ। ਐਮਰਜੈਂਸੀ ਪੈ ਗਈ ਭੱਟੀ ਸਾਹਿਬ, ਹੈਂਗ ਹੋ ਗਏ ਹਨ ਤੇ ਹੁਣ ਐਮਰਜੈਂਸੀ ਪੈ ਗਈ। ਤੇ ਹੁਣ ਐਮਰਜੈਂਸੀ ਜਿਹੜਾ ਨੀ, ਇੱਕ ਲੇਲਾ ਲੱਭਣ ਲੱਗਿਆ, ਕੀ ਕਰਨਾ ਦੋਸਤ ਜਿਹੜਾ ਜਨੇਦ ਉਹਨਾਂ, ਤੇ ਲੇਲਾ ਲੈਣ ਚੱਲੇ ਹਾਂ ਹੁਣ। ਤੇ ਮਤਲਬ ਜਲਦੀ ਜਲਦੀ ਜਿਹਨੇ ਸਸਤਾ ਲੱਭ ਜੇ ਕੋਈ ਲੇਲਾ ਲੱਭ ਕੇ ਲੈ ਕੇ, ਤੇ ਕੀ ਕਾ ਵੀ ਕਰਨਾ, ਗੋਟੀਆਂ ਵੀ ਖਾਣੀਆਂ ਨੇ। ਬੱਕਰਾ ਲੈਣ ਵਾਸਤੇ ਆ ਗਏ ਜੇ, ਇੱਕ ਆ ਤੇ ਹੈ ਵੇ ਕੋਨਾ ਮੋਨਾ। ਅਸਲਾਮ ਵਾਲੇਕੁਮ, ਇਹਨੂੰ ਇਹਦੀ ਨੇ ਘਰ ਛੜੀਏ? ਚਲੋ ਰੇਟ ਤਾਂ ਚੰਗਾ ਹੀ ਆਉਂਦੇ ਨੇ ਦਾਣ। ਲਾਲ ਫਰ ਲਾਲ ਲਾਲ ਉਹ ਤੂੰ ਨਾ ਜਾ, ਉਹਨਾਂ ਨੂੰ ਡਰ ਲੱਗਦਾ। ਉਹ ਜਿਹੜਾ ਜਿਹੜਾ ਆਉਂਦਾ ਜੀ ਬੰਦਾ, ਉਂਝ ਸ਼ੁਗਰ ਲਾਈਦਾ ਚੰਗਾ, ਤੇ ਉਹ ਜਿਹੜਾ ਜਿਹੜਾ ਆਉਂਦਾ ਆਉਂਦਾ ਹੀ ਵੇਖ ਆਪੀ ਆ ਗਿਆ। ਖੋਤੀ ਦਾ ਵੀ ਰੇਟ 65। ਵਾਹ ਜੀ ਵਾਹ, ਮਈਆਂ ਫਿਰ 10 ਸਾਲ ਹੋ ਗਈਆਂ ਜੀ। ਪਤਾ ਕਰਨੇ ਆ ਹਈਏ ਤੱਕ ਤੇ ਈਦ ਵਾਲੇ ਰੇਟ ਹੀ ਲੱਭਦੇ ਨੇ, ਬਾਕੀ ਵੇਹਨੇ ਆ ਕੋਈ ਪਿਆਰ ਮੁਹੱਬਤ ਕਰਦੇ ਨੇ ਕਿ ਨਹੀਂ। ਅੱਛਾ ਸ਼ਹਿਰ ਆਣੀ ਗੱਲ ਸਮਝ ਆਉਣੀ ਉਹ। ਹਾਂ ਐਂਜੀ ਗੱਲ ਚੌਧਰੀ ਹੈ ਨਾ, ਤੇ ਦੱਸ ਛੇੜਨ ਤੇ ਕੋਨੇ ਮੰਗੇ, ਤੂੰ ਕਿਹੜੇ ਦੇਖ ਯਾਰ, ਉਹਦੇ ਮੰਗਣ ਦੀ ਯਾਰ ਮੰਗੇ ਤੂੰ, ਕਿਨੇ ਮਸੀ ਪਿਆ ਕੋ ਮੰਗੇ ਯਾਰ। ਚੌਧਰੀ ਉਹਨੇ ਉੱਤੇ ਨਾ ਕੇ ਮੰਗ ਚੜੇ ਨਾ, ਚੌਧਰੀ ਨੂੰ ਪਤਾ ਇਹਨਾਂ ਚੀਜ਼ਾਂ ਦਾ, ਲੈਣ ਦੇਣ ਵਾਲੀ ਗੱਲ ਨਹੀਂ। ਇਹਦਾ ਹੈ ਨਾ, ਉਹਨੇ ਦੱਸੋ ਕਿੰਨੇ ਦਾ ਲੈ ਲੈ, ਇਹਨੇ ਪੈਸੇ ਦੇਣੇ।
ਤੁਸੀਂ ਦੱਸੀ ਇੰਨਾ ਛੜਿਆ ਕਿੰਨੇ ਕੁ ਵੀ ਕਟਾਉਣਗੇ? ਜਿੰਨੇ ਮਰਜ਼ੀ ਕਟਾਉਣਾ। ਅੱਛਾ ਚੱਲ ਹੁਣ ਦੱਸ ਚੌਧਰੀ ਤੇਰੇ ਤੇ ਇਹ ਗੱਲ। ਕਿੰਨੇ ਪਰਸੈਂਟ ਆਫ? ਆਫਰ ਕੋਈ ਆਪਣੇ ਮੂੰਹ ਨਾਲ ਜੋ ਮਰਜ਼ੀ ਕੀਆਂ ਗੱਲਾਂ ਨੇ ਤੁਸੀਂ ਤੇ ਲੜਨ ਵਾਲੀਆਂ ਸਿੱਧੇ ਦੇ ਦੇ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਨਾ ਜਿਸ ਤਰ੍ਹਾਂ ਤੈਨੂੰ ਦੱਸੀ ਹੈ ਨਾ ਜੇ ਦਿਲ ਮੰਨਦਾ ਹਾਂ 20 ਕਿਲੋ ਦੀ ਸ਼ਰਤ ਲਾ ਕੇ ਨਹੀਂ ਤੇ ਨਹੀਂ ਗੱਲਾਂ ਛੱਡ ਨਹੀਂ ਇਹਨੂੰ ਗੱਲਾਂ ਛੱਡ ਇੱਧਰ ਆ ਅਸੀਂ ਲੈਣ ਨਾ ਇੰਡੀ ਇੱਧਰ ਲੈਣ ਆਏ ਆ ਅਸੀਂ ਵੇਖਣ ਨਹੀਂ ਆਏ ਯਾਰ ਲੜਨ ਵਾਲੀ ਗੱਲ ਹੀ ਕੋਈ ਨਹੀਂ ਯਾਰ ਇਹ ਹੁੰਦੇ ਦੀ ਚਾਬੀ ਆ 20 ਕਿਲੋ ਦੀ ਸ਼ਰਤ ਲਾ ਆਪਣੇ ਬਿੱਲ ਪੁੱਛ ਲੈ ਯਾਰ ਜ਼ਿਆਦਾ ਚੱਲ 35 ਉਹਨੇ ਘੱਟ ਦੱਸ 40 ਠੀਕ ਬੰਦਾ ਹੀ ਰੱਖਿਆ ਕੰਮ ਆਉਂਦਾ ਕਿਸ ਤਰ੍ਹਾਂ ਕਿਲੋ ਕੁਛ ਬੱਕਰੇ ਦਾ ਕਿਸ ਤਰ੍ਹਾਂ ਦੱਸੋ ਕਿਸਾਨ ਨਹੀਂ ਤੁਸੀਂ ਦੱਸੋ ਅਜੇ ਤੱਕ ਕਦੇ ਵਾਲੇ ਮੁਰਗੀ ਦਾ ਨਹੀਂ ਖਾਦਾ 1800 ਯਾਰ ਪਿਆਰ ਨਾਲ ਗੱਲ ਕਰਨ ਪੱਛੜ ਬੱਕਰੀਆਂ ਦਾ ਚੱਲ ਚ ਬਾਰੇ 2000 ਰੁਪਏ ਲੇਲੇ ਦਾ ਨੀ ਦਿੰਦੇ ਕੋਈ ਲੇਲੇ ਦਾ 3000 20 ਕਿਲੋ ਹੋਏ ਤੇ ਕਿੰਨੇ ਪੈਸੇ ਬਣ ਜਾਂਦੇ ਨੇ ਫਿਰ 20 ਕਿਲੋ ਹੋਏ 2000 ਤੋਂ 2000 ਚ ਲੇਲੇ ਦਾ ਕੋਈ ਡਿਸਕਾਊਂਟ ਦਾ ਤੈਨੂੰ ਗੱਲ ਕੋਈ ਕਪੜੇ ਪੈਂਟ ਸ਼ਰਟ ਜਿਹਦਾ ਫਾਈਨਲ ਰੇਟ ਲੱਗਾ ਕਿ ਇੰਨੇ ਚਾ ਸੀਪੀ ਹੈ 48000 ਤੁਸੀਂ ਯਾਰ ਗੱਲ ਨੀ ਠੀਕ ਕਰਦੇ ਪਏ ਤੇ ਲੜਦੇ ਕਿਉਂ ਪਏ ਯਾਰ ਲੜਦੇ ਕਿਉਂ ਪਏ ਓਏ ਅਸੀਂ ਨਹੀਂ ਲੜਦੇ ਤੁਸੀਂ ਨਵੇਂ ਆਏ ਆ ਡਾਡਾ ਜਾ ਕਿ ਕਿਉਂ ਬੋਲਦੇ ਪਏ ਆਸਾ ਬੋਲੋ ਤੂੰ ਨਹੀਂ ਫੜ ਕੇ ਲਾਇਆ ਲਾਇਆ ਫੜ ਗੱਲ ਵੀ ਨਹੀਂ ਕੀਤੀ ਤਾਂ ਤੂੰ ਗਰਮੀ ਚ ਹੋ ਰਿਹਾ ਹੈ ਕਿ ਜੀ ਲੜਨ ਦੇ ਗਿਆ ਸਾਦ ਹੋਣੀ ਲੱਗਦਾ ਪੱਠੇ ਕੁਤਰ ਕੇ ਆਏ ਨੇ ਟੱਬਾਵਾਂ ਦੇ ਨਾਲ ਜਾ ਇਸ ਤੋਂ ਵੱਡਾ ਕੋਈ ਗੱਲ ਨਹੀਂ ਯਾਰ ਮਰਜ਼ੀ ਹੈ ਫਿਰ ਤੁਹਾਡੇ ਇਸ ਤੋਂ ਬਾਅਦ ਹੁੰਦਾ ਹੀ ਨਹੀਂ ਬਾਕੀ ਦੀ ਇੱਥੇ ਸਾਡੀ ਗੱਲ ਨਹੀਂ ਬਣੀ ਸਮਿਆ ਨਹੀਂ ਇੱਥੇ ਨੀ ਗੱਲ ਹੀ ਨਹੀਂ ਬਣਨੀ ਉਹ ਵੇਖ ਬੋਲਦੇ ਗਏ ਨੇ ਇੱਥੇ ਗੱਲ ਨਹੀਂ ਬਣਨੀ ਬਾਕੀ ਜੀ ਤਕਰੀਬਨ ਅੱਗੇ ਆਏ ਹਾਂ ਤੇ ਫਿਰ ਜਿਹੜਾ ਨੇ ਲੈ ਲਏ ਲੂ ਗੱਲਬਾਤ ਚੱਲਦੀ ਹੈ ਵੀ ਇੱਕ ਪਾਸੇ ਫੋਨ ਤੇ ਲੱਗੇ ਨੇ ਇੱਕ ਪਾਸੇ ਉਹਨਾਂ ਨਾਲ ਗੱਲਬਾਤ ਚੱਲਦੀ ਹੈ ਵੀ ਇੱਕ ਭਾਈ ਤੇ ਲੜਨ ਪੈਂਦਾ ਸੀ ਉਹਨੂੰ ਕਿਹਾ ਸੀ ਫਿਰ ਇੱਧਰ ਆ ਗਏ ਤੇ ਹੁਣ ਕੰਮ ਹੋ ਰਿਹਾ ਵੇਨੇ ਆ ਯਾਰ 1000 ਤੂੰ ਸੌਦਾ ਖਰਾਬ ਨਾ ਕਰੇ
ਤੂੰ ਆਪਣੇ ਅੱਬੇ ਦੀਆਂ ਛੇੜਨੀਆਂ ਲੈ ਲਾ ਲੈ ਆਪਣਾ ਜਿਹੜਾ ਨੇ ਡੀਲ ਡਨ ਹੋ ਗਈ ਹੈ ਪੈਸੇ ਸ਼ੈਸੇ ਆਉਂਦੇ ਨੇ ਤੇ ਦੇ ਕੇ ਤੇ ਫਿਰ ਚੱਲਨੇ ਆ ਮੈਂ ਉਹਨੇ ਦੇਰ ਇਹਨੇ ਜਾਣਾ ਕੰਮ ਇਹਨੂੰ ਲਾ ਕੇ ਗੱਡੀ ਕੋਈ ਫੜ ਕੇ ਤੇ ਫੇਰ ਆਉਣਾ ਓਏ ਹੋਏ ਕੀ ਸੀਨ ਨੇ ਯਾਰ ਮਾਸ਼ਾ ਅੱਲਾ ਲੈ ਲਾ ਲੈ ਲੈ ਲਾ ਲੈ ਲਾ ਆ ਗਿਆ ਚੱਲੀਏ ਹੁਣ ਉਧਰ ਲੈ ਕੇ ਆ ਰਾਣੇ ਨੂੰ ਠੀਕ ਨਹੀਂ ਦੱਸਦਾ ਮੈਂ ਨਹੀਂ ਦੱਸਦਾ ਬਕਰਾ ਚੰਗਾ ਯਾਰ ਮਾਸ਼ਾਅੱਲਾ ਤਕਬੀਰ ਫਿਰਨ ਲੱਗੀ ਲੈ ਲੈ ਖੋਤਾ 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 ਚਲੋ ਉਹ ਗੁਸ਼ਤ ਲੈਣ ਆਏ ਪਤਾ ਉਹ ਆਉਂਦੇ ਨੇ ਜਦੋਂ ਕੁਰਬਾਨੀ ਹੁੰਦੀ ਹੈ ਉਹਨੇ ਕਿਹਾ ਛੁਰੀਆਂ ਵਹਾ ਕੇ ਪਾਣੀ ਪਿਆਉਂਦੇ ਹੋ ਖੋਤਾ ਤਕਬੀਰ ਫਿਰ ਗਈ ਹੈ ਗੁਸ਼ਤ ਕਰਦੇ ਨੇ ਉਹਨੇ ਦੇਰ ਇੱਕ ਦੋ ਛੋਟਾ ਮੋਟਾ ਕੰਮ ਉਹ ਮੁਕਾ ਲਈਏ ਕਾਫੀ ਦੇਰ ਬਾਅਦ ਮੈਂ ਆਇਆ ਤਾਂ ਇੱਥੇ ਤੇ ਸਮੇਂ ਨਾਲ ਕੱਟ ਛੜਿਆ ਬਣਾ ਰਿਹਾ ਸਾਰਾ ਗੋਸ਼ਤ ਹੋ ਗਿਆ ਤੈਨੂੰ ਚੱਕਣਾ ਪੈਣਾ ਗੋਸ਼ਤ ਚੀਕਾ ਕਰਕੇ ਤੇ ਗੋਸ਼ਤ ਜਿਹੜਾ ਨਿਕਲ ਛਿਆ ਸੀ ਘਰ ਤੇ ਐਸ ਮੇਰਾ ਅੱਜ ਦਾ ਵੱਲੋਂ ਉਮੀਦ ਕਰਨ ਦਾ ਚੰਗਾ ਲੱਗਾ ਹੈਗਾ ਚੰਗਾ ਲੱਗਾ ਜੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਹੁਣ ਮਿਲਾਂਗੇ ਇਨਸ਼ਾਅੱਲਾ ਕੱਲ੍ਹ ਤੁਹਾਨੂੰ ਨੈਕਸਟ ਚੰਗੇ ਜਿਹੇ ਵਲੋਗ ਨਾਲ ਅੱਲਾ ਹਾਫਿਜ਼ ਵਾਂ ਜੀ ਆੜੇ ਕਿ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਬਾਏ ਬਾਏ।